ਵੀ ਅਸੀਂ ਮਰ ਕੇ ਫਿਰ ਮਨੁੱਖ ਬਣਾਂਗੇ, ਜਿਹੋ ਜਿਹੇ ਕਰਮ ਹੈ ਉਹ ਤਾਂ ਅੰਤ ਕਾਲ ਜੋ ਜਿਹੋ ਜਿਹੀ ਸਾਡੀ ਅੰਤ ਅਖੀਰਲੇ ਟਾਈਮ 'ਤੇ ਸਾਡੀ ਬਿਰਤੀ ਹੋਏਗੀ ਉਹੋ ਜਿਹੀ ਜੂਨ ਭੋਗਣੀ ਹੈ। ਮਹਾਰਾਜ ਦੱਸਿਆ ਅੰਤ ਕਾਲ ਜੋ ਪੁੱਤਰ ਲੜਕੇ ਸਿਮਰੈ ਕਿਹੜੀ ਜੂਨੀ ਜਾਂਦਾ, ਸੂਰ ਜੂਰੀ, ਸੂਰਜ ਜੂਰੀ ਕਿਉਂ ਵੀ ਉਹਦੇ ਕਿੰਨੇ ਕਿੰਨੇ 12-12, 18-18 ਬੱਚੇ ਹੁੰਦੇ ਨੇ, ਐਸੀ ਜੇ ਉਹ ਇਹੋ ਜਿਹੀ ਜਿਹੜੀ ਕਿਰਿਆ ਦੇ ਵਿੱਚ ਜਾਂਦਾ ਉਹ ਇਹ ਜੂਨੀ ਪੈਂਦਾ। ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਹਾਰਾ ਜਿਹਨੇ ਮਾਇਆ ਸਰਪਜੋਨ ਬਲ ਵਾਲੇ ਉੱਤਰ ਹੈ। ਅੰਤ ਕਾਲ ਜੋ ਮੰਦਰ ਸਿਮਰੈ ਜਿਹਦਾ ਧਿਆਨ ਮਰਦੇ ਸਮੇਂ ਘਰ 'ਚ ਰਹਿ ਗਿਆ, ਮੈਂ ਬੜਾ ਸੋਹਣਾ ਘਰ ਬਣਾਇਆ ਸੀ, ਮੈਂ ਕਿਹਾ ਚੱਲ ਇਹ 'ਚ ਰਿਹਾ ਕਰਾਂਗੇ, 68-62 ਨਾਲ ਮੁੰਡੇ ਨੇ ਪੈਸੇ ਭੇਜੇ ਸੀ ਪਰ ਰਹਿਣ ਦਾ ਮੌਕਾ ਨਹੀਂ ਮਿਲਿਆ, ਹੁਣ ਚੱਲਿਆ ਉਹ ਘਰ ਘਰ ਕਰਦਾ ਹੀ ਮਰ ਗਿਆ। ਅੰਤ ਕਾਲ ਜੋ ਮੰਦਰ ਸਿਮਰੈ ਪ੍ਰੇਤ ਐਸੀ ਚਿੰਤਾ ਮੈਂ ਜੇ ਮਰਾਂ, ਪ੍ਰੇਤ ਜੋਨ ਬਲ ਬਾਰੇ ਉੱਤਰ ਹੈ, ਪ੍ਰੇਤ ਬਣ ਕੇ ਉਸੇ ਘਰ 'ਚ ਘਰੇ ਕਿਸੇ ਚੁੰਬੜ ਗਿਆ, ਕਿਸੇ ਨੇ ਚੁੰਬੜ ਗਿਆ। ਇਹ ਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਹੈ, ਅਰਦਾਸ ਨਹੀਂ ਕਹਿੰਦਾ, ਇਹ ਸਾਡੇ ਸਤਿਗੁਰੂ ਕਹਿੰਦੇ ਨੇ ਵੀ ਭਾਈ ਅੰਤ ਦੇ ਸਮੇਂ ਜਦੋਂ ਤੁਹਾਡੇ ਪ੍ਰਾਣ ਨਿਕਲਦੇ ਨੇ ਜੇ ਆਪਾਂ ਨੇ ਕਮਾਈ ਕੀਤੀ ਹੋਊਗੀ, ਸੁਭਾਅ ਬਣਾਇਆ ਹੋਵੇਗਾ ਗੁਰਬਾਣੀ ਪੜ੍ਹਨ ਦਾ, ਵਾਹਿਗੁਰੂ ਕਰਨ ਦਾ, ਨਾਮ ਜਪਣ ਦਾ, ਗੁਰਬਾਣੀ ਦੇ ਵਿਚਾਰ ਕਰਨ ਦਾ, ਤਾਂ ਉਸ ਸਮੇਂ ਮਹਾਰਾਜ ਕੀ ਕਰਨਗੇ, ਜ਼ੁਬਾਨ ਬੰਦ ਕਰਨਗੇ, ਤੈਨੂੰ ਬੋਲਣ ਦੇਣਗੇ। ਤੇਰਾ ਧਿਆਨ ਜਿਹੜੇ ਤੇਰਾ ਅਭਿਆਸ ਬਣਿਆ ਹੋਇਆ, ਜਿਹੜੀ ਤੇਰੀ ਆਦਤ ਬਣੀ ਹੋਈ ਹੈ, ਬੰਦਾ ਹਮੇਸ਼ਾ ਆਦਤ ਵਾਲੇ ਪਾਸੇ ਨੂੰ ਗਿਰਦਾ, ਭਾਵੇਂ ਚੰਗੀ ਆਦਤ ਬਣੀ ਹੋਵੇ ਭਾਵੇਂ ਬੁਰੀ ਆਦਤ ਬਣੀ ਹੋਵੇ, ਫਿਰ ਤੇਰਾ ਧਿਆਨ ਸਾਰਾ ਹੀ ਪਰਮੇਸ਼ੁਰ ਵਾਲੇ ਪਾਸੇ ਨੂੰ ਚਲਿਆ ਜਾਏਗਾ, ਸਤਸੰਗ ਵੱਲ ਨੂੰ ਚਲਿਆ ਜਾਏਗਾ, ਉੱਥੇ ਫਲਾਨਾ ਰਾਗੀ ਆਇਆ ਸੀ ਜੇ ਫਲਾਨਾ ਸ਼ਬਦ ਪੜ੍ਹਿਆ ਸੀ, ਇਹੋ ਜਿਹੀ ਵਿਚਾਰ ਕਰਦਾ ਕਰਦਾ ਮਰ ਜਾਏਗਾ ਤੋ ਸਿੱਧਾ ਪਰਮੇਸ਼ੁਰ ਦੇ ਚਰਨਾਂ ਵਿੱਚ ਜਾਏਗਾ, ਜੀਵਨ ਤੇਰਾ ਸਫਲਾ ਹੋ ਜੂਗਾ। ਇਸ ਇਹ ਚੀਜ਼ ਆਪਾਂ ਨੇ ਮਨੋਰਥ ਸਮਝਣਾ, ਦਾਸ ਦਾ ਤਾਂ ਇਹੀ ਜ਼ੋਰ ਹੈ ਵੀ ਆਪਾਂ ਕਰਨਾ ਕਰਾਉਣਾ ਬਾਅਦ ਵਿੱਚ ਹੈ, ਬਾਅਦ ਵਿੱਚ ਪਤਾ ਲੱਗਣਾ ਮੈਂ ਇਹ ਮਨੋਰਥ ਸਿੱਧ ਕਿਵੇਂ, ਪਹਿਲਾਂ ਮਨੋਰਥ ਸਮਝੋ ਵੀ ਮੈਂ ਪਰਮੇਸ਼ੁਰ ਨੂੰ ਮਿਲਣ ਵਾਸਤੇ ਆਇਆ, ਫਿਰ ਉਹਦਾ ਸਾਧਨ ਜ਼ਰੀਆ ਲੱਭੋ, ਪਰਮੇਸ਼ੁਰ ਨੂੰ ਮਿਲਣ ਦਾ ਜ਼ਰੀਆ ਕੀ ਹੈ, ਪਰਮੇਸ਼ੁਰ ਨੂੰ ਪਰਮੇਸ਼ੁਰ ਦਾ ਕੌਣ ਹੈ ਔਰ ਪਰਮੇਸ਼ੁਰ ਦੇ ਕੌਣ ਨੇ, ਪਰਮੇਸ਼ੁਰ ਦਾ ਕੌਣ ਹੈ, ਪਰਮੇਸ਼ੁਰ ਕਿਹਨਾਂ ਦਾ ਕਿਹਦੇ ਪਰਮੇਸ਼ੁਰ ਨੇ ਬੰਦੇ ਨੇ ਕਿਹੜੇ ਨੇ ਉਹ, ਮਹਾਰਾਜ ਸਾਹਿਬ ਕਹਿੰਦੇ ਨੇ, ਕਹਿੰਦੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ, ਸਾਨੂੰ ਦੁੱਖ ਹੈ ਇਹਦਾ ਮਤਲਬ ਸਾਡੇ ਸਿਰ 'ਤੇ ਸੁਆਮੀ ਦਾ ਹੱਥ ਨੀਗਾ, ਸਾਰ ਇੰਡੀਕੇਸ਼ਨ ਸਾਫ਼ ਹੈ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ, ਜਿਹਨੂੰ ਦੁੱਖ ਲੱਗਿਆ ਪਿਆ ਇਹ ਸਾਫ਼ ਇੰਡੀਕੇਸ਼ਨ ਹੈ ਕਿ ਇਹਦੇ ਉੱਪਰ ਪਰਮੇਸ਼ੁਰ ਦਾ ਹੱਥ ਨਹੀਂ ਹੈਗਾ, ਇਸ ਕਰਕੇ ਦੁੱਖ ਪਾ ਰਿਹਾ। ਬੋਲ ਨਾ ਜਾਣਾ ਮਾਇਆ ਮੱਧ ਮਾਤਾ, ਮਾਇਆ ਦੇ ਵਿੱਚ ਰਚ ਗਿਆ, ਮਰਨਾ ਚੀਤ ਨਾ ਆਵੈ, ਲਓ ਮਰਨਾ ਭੁੱਲ ਗਿਆ, ਭੁੱਲ ਗਿਆ ਨਾ ਮੇਰੇ ਰਾਮ ਰਾਏ ਤੂੰ ਕਿਹਦਾ ਬਣਿਆ, ਤੂੰ ਦੱਸ ਕਿਹਦਾ ਬਣਿਆ, ਤੂੰ ਸੰਤਾਂ ਕਾ, ਹੇ ਵਾਹਿਗੁਰੂ ਤੂੰ ਤਾਂ ਸੰਤਾਂ ਦਾ ਔਰ ਸੰਤ ਤੇਰੇ, ਆ ਬਾਕੀ ਆਪਣੀ ਗਿਣਤੀ ਕਿੱਥੇ ਹੈ, ਆਪਣੀ ਗਿਣਤੀ ਕਿੱਥੇ ਹੈ, ਅਸੀਂ ਉਹਦੇ ਬਣੇ ਹੀ ਨਹੀਂ। ਜਿਹੜੇ ਬਾਣੀ ਪੜ੍ਹਦੇ ਨੇ ਅੰਮ੍ਰਿਤ ਛਕਿਆ ਹੋਇਆ, ਲੈਣ 'ਚ ਲੱਗੇ ਨੇ, ਕੀਰਤਨ ਕਰਦੇ, ਨਿਤਨੇਮ ਦੇ ਨਾਲ ਜੁੜੇ ਹੋਏ ਨੇ ਔਰ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਸਤਸੰਗ ਵਿੱਚ ਜਾਂਦੇ ਨੇ, ਉਹ ਸਮਝ ਲਓ ਕਿ ਲਾਈਨ ਵਿੱਚ ਲੱਗੇ ਹੋਏ ਹਾਂ ਅਸੀਂ, ਵੀ ਸਾਡੀ ਕਦੇ ਵਾਰੀ ਆ ਜੂਗੀ, ਇਸ ਜਨਮ 'ਚ ਨਾ ਹੀ ਅਗਲੇ 'ਚ ਆ ਜੂਗੀ, ਹੋ ਸਕਦਾ ਇਸੇ 'ਚ ਆ ਜਾਵੇ, ਅਸੀਂ ਲਾਈਨ 'ਚ ਲੱਗੇ ਹਾਂ। ਜਿਹੜੇ ਇਸ ਚੀਜ਼ ਤੋਂ ਬਿਲਕੁਲ ਮੁਨਕਰ ਨੇ, ਜਿਹਨਾਂ ਨੂੰ ਅਜੇ ਦੁਨੀਆਂ ਦੇ ਖਾਣ ਪਾਣ ਕਰਕੇ ਮਨ ਨਹੀਂ ਭਰਿਆ, ਦੁਨੀਆਂ ਦੇ ਪਹਿਰਾਵਿਆਂ ਨਾਲ ਮਨ ਨਹੀਂ ਭਰਿਆ, ਅੱਖੀਂ ਵੇਖ ਨਾ ਰੱਜੀਆਂ ਵਾ ਰੰਗ ਤਮਾਸ਼ੇ, ਜਿਹਦੀਆਂ ਅੱਖਾਂ ਦੁਨੀਆਂ ਦੇ ਰੰਗ ਤਮਾਸ਼ੇ ਦੇਖ ਕੇ ਹੀ ਰੱਜੀਆਂ ਹੈਗੀਆਂ, ਉਹ ਤਾਂ ਅਜੇ ਲਾਈਨ 'ਚ ਨਹੀਂ ਲੱਗਿਆ ਹੈਗਾ। ਉਸਤਤ ਨਿੰਦਿਆ ਕੰਨ ਸੁਣ, ਜਦੋਂ ਕੰਨ ਵਡਿਆਈ ਸੁਣਦੇ ਨੇ, ਰੋਵਣ ਅਤੇ ਹਾਸੇ, ਜਦੋਂ ਵਡਿਆਈ ਸੁਣਦੇ ਨੇ ਫਿਰ ਤਾਂ ਹੱਸਦੇ ਨੇ, ਜੇ ਕੋਈ ਇਹਦੀ ਨਿੰਦਾ ਕਰਦਾ ਫਿਰ ਕੰਨ ਰੋਂਦੇ ਨੇ। ਸਾਦੀ ਜੀਵ ਨਾ ਰੱਜੀ, ਇਹ ਜੀਵ ਨੇ ਸਾਰੀ ਜ਼ਿੰਦਗੀ ਨਹੀਂ ਰੱਜਣਾ, ਕਰ ਭੋਗ ਬਿਲਾਸੇ ਖਾ ਖਾ ਕੇ ਇਹਨੇ ਰੱਜਣਾ ਹੀ ਨਹੀਂ ਹੈਗਾ। ਨੱਕ ਨਾ ਰੱਜਾ ਵਾਸ ਲੈ, ਨੱਕ ਸੁਗੰਧੀਆਂ ਨਾਲ ਨਹੀਂ ਰੱਜਣਾ ਹੈਗਾ ਕਦੇ ਵੀ, ਜਿੰਨੀਆਂ ਮਰਜ਼ੀ ਸੁਗੰਧੀਆਂ ਇਹਨੂੰ ਦੁਰਗੰਧ ਸਵਾਸੇ, ਜਿੰਨਾ ਮਰਜ਼ੀ ਇਸ ਨਾਲ ਸੰਘਾ ਦੋ, ਇਹਨੂੰ ਕਦੇ ਨਹੀਂ ਰੱਜੇ ਰੱਜਣਾ। ਹੋਰ ਤਾਂ ਹੋਰ ਮਹਾਰਾਜ ਕਹਿੰਦੇ ਰੱਜ ਨਾ ਕੋਈ ਜੀਵ ਆ, ਜਿਉਂ ਕੇ ਵੀ ਨਹੀਂ ਰੱਜਿਆ। ਉਮਰ ਕਿੰਨੀ ਹੋਊਗੀ ਜੀ, 120 ਸਾਲ, 120 ਸਾਲ ਸਾਡੇ ਸਰੀਰ ਕਰਕੇ ਰਿਸ਼ਤਾ ਜਾਣ ਆਉਣ ਤਾਂ ਨਹੀਂ ਹੈਗਾ, ਜਾਣ ਆਉਣ ਤਾਂ ਕਿਤੇ ਵੀ ਨਹੀਂ ਹੈਗਾ, ਮਹਾਰਾਜ ਦੀ ਕਿਰਪਾ ਦੇ ਨਾਲ ਸਾਡੇ ਫੁੱਫੜ ਜੀ ਲੱਗਦੇ 120 ਸਾਲ ਹੋ ਗਏ। ਜੇ ਕਿਤੇ ਅਚਾਨਕ ਮੇਲ ਹੋ ਜਾਂਦਾ, ਮੈਂ ਹੱਸਦਾ ਕਹਿੰਦਾ ਫੁੱਫੜ ਜੀ ਹੁਣ ਲੱਡੂ ਕਦੋਂ ਖਿਲਾਉਣ ਨੇ, ਕਹਿੰਦਾ ਅਜੇ ਮੈਨੂੰ ਕੀ ਹੋਇਆ, ਮੈਂ ਘੋੜੇ ਵਰਗਾ ਫਿਰਦਾ। 120 ਸਾਲ ਆਰਜੂ ਹੈ, ਮਤਲਬ ਅਜੇ ਵੀ ਰੱਜਿਆ ਨਹੀਂ ਜਿਉਂ ਕਿ। ਉਹ ਕਹਿੰਦਾ ਅਜੇ ਮੈਨੂੰ ਕੀ ਹੋਇਆ, ਮੈਂ ਕਿਉਂ ਮਰੂੰਗਾ, ਮੈਂ ਤਾਂ ਠੀਕ ਠਾਕ ਹੂੰ, ਮੈਂ ਚੱਲ ਕੇ ਆਪਣੀ ਕਿਰਿਆ ਕਰਦਾ, ਆਪ ਨਹਾਉਣਾ ਧੋਣਾ, ਮੈਂ ਸ਼ਾਮ ਨੂੰ 1/2 ਕਿਲੋਮੀਟਰ ਘੁੰਮ ਕੇ ਆਉਣਾ, ਕਹਿੰਦਾ ਖੇਤਾਂ ਵੱਲ ਜਾ ਕੇ। ਕੋਈ ਵੀ ਬੰਦਾ ਉਹਦੀ ਇਸਦੇ ਕਹਿੰਦਾ 90, ਜੇ ਕੋਈ 90 ਸਾਲ ਦਾ ਸੀ ਝੜ ਗਿਆ, ਕਹਿੰਦਾ ਲਓ ਚੰਗਾ ਭਰਾ ਸੀ ਘੋੜੇ ਵਰਗਾ,
ਆਰਜੂ ਨਹੀਂ ਦੇਖਦੇ, ਪਰਮੇਸ਼ੁਰ ਦਾ ਸ਼ੁਕਰ ਨਹੀਂ ਕਰਦੇ ਵੀ 90 ਸਾਲ ਦੀ ਆਰਜੂ ਭੋਗ ਲਈ, ਪਰਮੇਸ਼ੁਰ ਨੇ ਬੜੀ ਕਿਰਪਾ ਰੱਖੀ, ਇਹਨੂੰ ਕੋਈ ਰੋਗ ਨਹੀਂ ਸੀ, ਅਰੋਗ ਸੀ, ਨਿਰੋਗ ਸੀ, ਲੇਕਿਨ ਗੁਰੂ ਮਹਾਰਾਜ ਚੱਲਦੇ ਚੱਲਦੇ ਉਹਨੂੰ ਲੈ ਗਏ, ਕਿਸੇ ਦੇ ਪਰਨੇ ਨਹੀਂ ਪਾਇਆ, ਬਗੋਚਰੇ ਨਹੀਂ ਕੀਤਾ। ਇਹਦੀ ਸੇਵਾ ਕਰਨੀ ਕਿੰਨੀ ਔਖੀ ਆ, ਸੇਵਾ ਕਰਨੀ, ਇਹ ਅਸੀਂ ਸ਼ੁਕਰਾਨਾ ਨਹੀਂ, ਅਸੀਂ ਇਹ ਕਹਾਂ ਘੋੜੇ ਵਰਗਾ ਚੱਲੇਗਾ। ਇਹ ਮਹਾਰਾਜ ਕਹਿੰਦੇ ਰੱਜ ਦਾ ਕੋਈ ਜੀਵ ਆ, ਕੂੜੇ ਭਰਵਾਸੇ ਝੂਠੇ ਭਰੋਸਿਆਂ 'ਤੇ ਜਿਉਂ ਹੀ ਜਾ ਰਿਹਾ। ਪੀਰ ਮਰੀਦਾਂ ਪਿਰਹੜੀ, ਪੀਰਾਂ ਦਾ ਮਤਲਬ ਹੁੰਦਾ ਗੁਰੂ, ਔਰ ਜਾਂ ਸਾਧੂ ਸੰਤ ਮਹਾਤਮਾ, ਮਰੀਦਾਂ ਦਾ ਮਰੀਦ ਮਤਲਬ ਹੁੰਦਾ। ਤਾਂ ਸੱਚੀ ਰਹਿ ਰਸੇ, ਇਹਨਾਂ ਦੇ ਨਾਲ ਜਿਹੜਾ ਪਿਆਰ ਹੈ, ਮਹਾਰਾਜ ਕਹਿੰਦੇ ਇਹ ਹੈ ਅਸਲੀ ਸੱਚ ਦਾ ਰਸਤਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਪਿਆਰ ਪਾਉਣਾ।